बाकी आसे तो फिर थोड़े नाल ही चाहे ब्लॉगिंग करो चाहे नहीं करो। चौ महीने बाद फिर मैं रही दे सुखी जट हुंदी मुलाकात होई गई। भाई मैं जे तू सुनाओ 4 मिनट तुसें केह् कीता? असें घर बेहियै लिखदे रे रैप शैप गांदे रे। बाकी हुण भरा दा नवा नवा ब्रेकअप चला दा इसलै होर सैड गाने चला दे। हेलो गाइस, सो फिर सुखी जट दा मैं मिली गए 2 महीने बाद दोबारा फिर। 4 महीने बाद आहो 2 महीने बाद 4 महीने बाद फिर मैं रही दे सुखी जट हुंदी मुलाकात होई गई। बाकी अज ही मिलया है मेरे ने जलंधर तो गेड़ी शेड़ी ला के आया पंजाबी पंजूबी ने नाल ब्लॉग बनाएगा। हां जी बोलो पंजाबी हुण। मेनू तो पंजाबी चंगी तरह आउंदी है पर पता किवें? क्योंकि ना 4 महीने पहला कट्टे थे मैं 12 माला थोड़े बहुत सीख लियो उथे तो 4 महीने कट के आ गया हुण थोड़े जिक्र ही हुण को पैसा बर्बाद पहन चोर। बाकी गल्लां डोगरी विच करनी आ पंजाबी इन्नी बड़ी है खत्म। चलो फिर ब्लॉग दी स्टार्ट करने फिर उस तो आस मतलब की बड़ा टाइम हो गया ब्लॉगिंग कीते ते मैं जियां तुसे पिछे एक दो वीडियो पहले तुसे आख्या कि मैं जिसमें इस साल ब्लॉगिंग करनी डटी है। ये मुंह से सुपारी निकाल के बात कर रहे बाबा ये सागने मोलेगा बड़े दिन बाद चोई साले 4 महीने 4 महीने बाद सारी मोलेगा तो ये सुखी रा देखिया ਮਤਲਬ ਕਿ ਅਸੀਂ ਭਰਾ ਖੁੜਾ ਸੀ ਭਰਾ ਖੁੜਿਆ ਉਹ ਨਹੀਂ ਹੈ ਕੰਮ ਕੀ ਭਰਾ ਭਰਾ ਆਖੀ ਹੈ ਵੀ ਸ਼ੁਰਾ ਮਾਰਨਾ ਸਾਡਾ ਕੰਮ ਨਹੀਂ ਆਉਣਾ ਭਰਾ ਵੀ ਭਰਾ ਹੀ ਹੈ। ਆਈ ਐਮ ਸੌਰੀ ਬਾਬੂ। ਬਾਕੀ ਕੁਝ ਇੱਕ ਬਈ ਮੈਂ ਅਜੇ ਤੂੰ ਸੁਣਾਓ 4 ਮਿੰਟ ਤੁਸੀਂ ਕੀ ਕੀਤਾ? ਮੈਂ ਤਾਂ ਘਰੇ ਆਪਣਾ ਕੰਮ ਪੂਰਾ ਜਨਾਬ ਅਸੀਂ ਘਰ ਬਈਏ ਲਿਖਦੇ ਰਹੇ ਰੈਪ ਸ਼ੈਪ ਗਾਉਂਦੇ ਰਹੇ। ਬਾਕੀ ਪਤਾ ਤਾਂ ਹੋਰ ਬੜੇ ਆਰਟਿਸਟ ਮਿਲੇ ਸੁਖੀ ਜੱਟ ਵਾਲੇ ਲੇਖਾਂ ਉਹਨਾਂ ਨੇ ਵੀ ਪੂਰਾ ਮਜ਼ਾ ਲਿੱਤਾ। ਬਾਕੀ ਹੁਣ ਭਰਾ ਦਾ ਨਵਾਂ ਨਵਾਂ ਬ੍ਰੇਕਅਪ ਚਲਾ ਦਾ ਇਸਲੇ ਹੋਰ ਸੈਡ ਗਾਣੇ ਚਲਾ ਦੇ। ਪਰ ਫਿਰ ਤੁਸੀਂ ਸੁਣਾਓ ਹੋਟਲ ਦੀ ਜ਼ਿੰਦਗੀ ਕਿਦੇ ਹੀ ਰਹੀ ਸੁਖੀ? ਹੋਟਲ ਨਾ ਭਰਾ ਉਹ ਬਾਹਰ ਦਾ ਰੈਸਟੋਰੈਂਟ ਹਾਂ। ਅੱਛਾ ਬਾਹਰ ਦਾ ਰੈਸਟੋਰੈਂਟ ਦੀ ਜ਼ਿੰਦਗੀ ਦੇ ਬਾਰੇ ਸੁਣਾਓ। ਬਹੁਤ ਵਧੀਆ ਰਹੀ ਯਾਰ ਬਹੁਤ ਵਧੀਆ। ਕੋਈ ਸ਼ੌ ਮਹੀਨਾ ਹੈ ਵਲੋਗਿੰਗ ਬਿਸ਼ੱਕ ਨਹੀਂ ਕੀਤੀ ਪਰ ਪੀ ਦੇ ਆਪਣੇ ਇਲਾਕੇ ਦੇ ਕੁਛ ਵੀਡੀਓ ਪਾਈਆਂ ਅਸਾਂ ਦੱਸੀਆਂ ਤਾਂ 4 ਮਹੀਨੇ ਵਿੱਚ ਅਸਾਂ ਜਿਹੜਾ ਉੱਥੇ ਸਿੱਖਿਆ ਨਾ ਉਹ ਮਤਲਬ ਕਿ ਕੁਝ ਹੋਰ ਸਿੱਖਣੇ ਹੋਣਾ ਅਸੀਂ ਬਲੋਰੇ ਥੋੜਾ ਕੰਮ ਹੈ ਆਪਣਾ ਚਲੋ ਠੀਕ ਹੈ ਕੱਲ ਚੱਲੇ ਆਪਣਾ ਕਰ ਲਈ ਅਸਾਂ ਬੋਹੀਮੀਆਂ ਵਾਲੇ ਲੈਣਾ ਬਲੋਰਾ ਸਿੱਧੀ ਹੋਲੀ। ਪਿਛਲੀ ਵਾਰ ਤੁਸੀਂ ਲਈ ਆ ਸੁਖੀ ਮੇਰਾ ਇੰਟਰਵਿਊ ਲਈ ਆ ਪਿਛਲੀ ਵਾਰੀ ਉਹ ਗੁੜ ਹੈ ਸਮਾਨ। ਬਾਕੀ ਗੱਲਬਾਤ ਦੋਸਤੋ ਹੀ ਆ ਕਿ ਵਲੋਗਿੰਗ ਕਰਨੀ ਆ ਸਾਨੂੰ ਨੇ 5-6 ਸਾਲ 1 ਸਾਲ ਵਲੋਗਿੰਗ ਕਰਨੀ ਆ ਦੇਖੀ ਭਲਾ ਕੀ ਬਣਦਾ ਤੇ ਕਿਉਂਕਿ ਸੁਪਨੇ ਜੋ ਅਸਾਂ ਸੁਪਨੇ ਦਿਖਦੇ ਨੇ ਉਹ ਸੁਪਨੇ ਵਲੋਗਿੰਗ ਦੇ ਜ਼ਰੀਏ ਪੂਰੇ ਹੋ ਸਕਦੇ ਇੰਨਾ ਕਦੇ ਪੂਰੇ ਹੋ ਸਕਦੇ ਹੋ ਕਿਉਂਕਿ ਸਿਸਟਮ ਥੋੜ੍ਹਾ ਆਪਣਾ ਉਹ ਹਿਸਾਬ ਦਾ ਨਹੀਂ ਹੈ ਜੀ ਭਰਾ ਜੀ। ਬਾਕੀ ਠੀਕ ਹੈ ਤੁਸੀਂ ਲੱਗਦਾ ਹੈ ਜੀਜੂ ਦੀ ਕਰੋ ਜਿਵੇਂ ਤੁਸੀਂ ਲੱਗਦਾ ਵਲੋਗਿੰਗ ਹੀ ਠੀਕ ਹੈ ਤੁਹਾਡੇ ਵਾਸਤੇ। ਬਾਕੀ ਅਸੀਂ ਤਾਂ ਫਿਰ ਤੁਹਾਡੇ ਨਾਲ ਹੀ ਚਾਹੇ ਵਲੋਗਿੰਗ ਕਰੋ ਤੇ ਚਾਹੇ ਨਹੀਂ ਕਰੋ। ਬਾਕੀ ਯਾਰ ਮੈਂ ਦੇਖਦਾ ਕਿ ਫੋਨ ਲਿਆ ਕੋਈ ਸ਼ਹਿਰ ਦੀ ਇੱਕ ਹੋਰ ਪੈਸੇ ਵੀ ਕਿਤੇ ਕਿੱਥੇ ਥੋੜ੍ਹੇ ਬਹੁਤ ਪਰ ਮੈਂ ਕਿੰਨਾ ਲੱਗਦਾ ਮਿੱਕੀ ਇਸ ਹਿਸਾਬ ਦਾ ਜਿਹਦਾ ਇਹ ਜਿਹਾ ਮੇਰਾ ਇਹ ਫੋਨ ਹੈ ਕਿ ਮੈਂ ਕੋਈ ਫੋਨ ਥੋਗਾ ਔਰ ਨਹੀਂ ਮਤਲਬ ਗਰੰਟੀ ਨਹੀਂ ਹੈ ਕਿ 2.5 ਸਾਲ ਫੋਨ ਚੱਲਦੇ ਹੋਈ ਜਿਹਦਾ ਜੀ ਫੋਨ ਹੈ ਨਹੀਂ 2.5 ਸਾਲ ਪਹਿਲਾਂ ਅੱਜ ਫੋਨ ਉੱਗ ਗਿਆ ਬੇਸ਼ੱਕ ਨਾਲੇ ਸਕਰੀਨ ਮਾੜੀ ਮੋਟੀ ਭੱਜ ਗਈ ਹੈ ਬਾਕੀ ਦੇਖ ਲੈ ਹੈ ਨਹੀਂ ਬਿਲਕੁਲ ਸਹੀ ਲਵਾ ਦਾ ਆ ਜੀ। ਬਾਕੀ ਸੁਖੀ 4 ਮਹੀਨੇ ਮੇਰ ਨੇ ਜਿਹੜਾ ਬਦਲਾਵ ਹੋਈ ਜਾਣੀ ਉਹ ਸ਼ਾਇਦ ਹੀ ਹੋ ਗਿਆ ਕੀ ਹੋਇਆ ਬਰਾ ਹੂੰ ਕਸੀ ਅਪਮਾਨ ਜਲੇ ਬਾਤ ਕਰਾ ਰੋਕਾ ਇਹ ਅਸਲੀ ਹੈ ਇਹ ਲੋੜਾ ਕੀ ਪਤਾ ਹੈ ਮੇਰੀਆਂ ਗੱਲਾਂ ਨੇ ਸਮਝ ਲਿਆ ਹੁਣ ਤੂੰ ਮੈਂ ਕੀ ਹਿਸਾਬ ਦਾ ਬੰਦਾ ਹੋਈਦਾ ਕੱਲ ਲੋੜੀ ਬਾਕੀ ਤੋਂ ਹੈ ਲੋੜੀ ਜੀ ਦੀਆਂ ਮੁਬਾਰਕਾਂ ਸੁਖੀ ਜੱਟ ਦੀ ਤਰਫਾ ਵੀ ਬੜੀਆਂ ਮੇਰੀਆਂ ਮਤੀਆਂ ਮੁਬਾਰਕ ਓਕੇ ਜੀ ਜੈ ਸ਼੍ਰੀ ਰਾਮ ਮਿਲਦੇ ਹਾਂ ਕੱਲ ਬਲਾਗ ਬਣਾ ਕੇ ਨਿਕਲ ਇੱਕ ਹੋਰ ਤੇ ਲੋਕੇ ਵਹੀ ਕੇ ਕੀ ਲੋੜੀ ਹੈ ਤੁਹਾਡਾ ਕੇ ਕੇ ਪੁਰਾਣਾ ਕਰ ਲੇਦਾ ਉਹਨੇ ਕੱਲ ਵਹੀ ਗਿਆ ਨਹੀਂ ਹਾਂ ਠੀਕ ਹਾਂ ਵਹੀ ਕੇ ਮਾਰਾ ਲੋੜੀ ਕੇ ਤੁਹਾਡਾ ਕੇ ਲੈਣਾ ਠੀਕ ਹੈ ਠੀਕ ਚਲੋ ਫਿਰ ਬਾਕੀ ਜੈ ਸ਼੍ਰੀ ਰਾਮ।